ਸਤਿ ਸ਼੍ਰੀ ਅਕਾਲ ਜੀ, ਬਬਲੀ ਕਿਚਨ ਪੰਜਾਬੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਮੈਂ ਤੁਹਾਡੇ ਨਾਲ ਛੋਲੇ ਅਤੇ ਅਲਸੀ ਦੀ ਪਿੰਨਿਆਂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ। ਰੈਸਪੀ ਸ਼ੁਰੂ ਕਰਨ ਤੋਂ ਪਹਿਲੇ, ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਤਾਂ ਕਿ ਉਹਦੇ ਨਾਲ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇਗੀ। ਵੈਸੇ ਤਾਂ ਸਭ ਨੇ ਬਹੁਤ ਅਲਸੀ ਦੀਆਂ ਪਿੰਨੀਆਂ ਪਾਈਆਂ ਹੋਈਆਂ ਨੇ ਅਤੇ ਖਾਧੀਆਂ ਵੀ ਹੋਈਆਂ ਨੇ, ਪਰ ਅੱਜ ਤੁਸੀਂ ਮੇਰੇ ਹਿਸਾਬ ਦੇ ਨਾਲ ਛੋਲਿਆਂ ਦੇ ਭੁੰਨੇ ਹੋਏ ਛੋਲਿਆਂ ਦੀਆਂ ਅਤੇ ਅਲਸੀ ਦੀਆਂ ਪਿੰਨੀਆਂ ਬਣਾ ਕੇ ਦੇਖਣਾ। ਇਹ ਇੱਕ ਤਾਂ BP ਸ਼ੂਗਰ ਵਾਸਤੇ ਬਹੁਤ ਫਾਇਦੇਮੰਦ ਹੈ ਅਤੇ ਵਜ਼ਨ ਨੂੰ ਵੀ ਘਟਾਉਂਦੀਆਂ ਨੇ। ਹੱਡੀਆਂ 'ਚ ਦਰਦ, ਕਮਰ 'ਚ ਦਰਦ, ਕੁਛ ਵੀ ਹੋਏ ਤੁਹਾਡੀ, ਉਹਨੂੰ ਵੀ ਠੀਕ ਕਰਦੇ ਨੇ। ਅਤੇ ਚਲੋ ਸ਼ੁਰੂ ਕਰਦੇ ਹਾਂ ਅਸੀਂ ਛੋਲੇ ਅਤੇ ਅਲਸੀ ਦੀ ਪਿੰਨੀਆਂ ਦੀ ਰੈਸਪੀ। ਇਹਨੂੰ ਬਣਾਉਣ ਵਾਸਤੇ ਮੈਂ ਇਹਦੇ ਵਿੱਚ 2 ਕੱਪ ਛੋਲੇ ਲਿੱਤੇ ਨੇ। ਇਹ ਛਿਲਕੇ ਵਾਲੇ ਛੋਲੇ ਸੀ ਜਿਹੜੇ ਭੁੰਨੇ ਹੁੰਦੇ ਨੇ, ਇਹਨਾਂ ਦਾ ਮੈਂ ਛਿਲਕਾ ਉਤਾਰ ਲਿੱਤਾ। 1/2 ਕੱਪ ਤਿਲ ਲਿੱਤੇ ਨੇ। ਅਸੀਂ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ। ਕੈਲਸ਼ੀਅਮ ਬਹੁਤ ਜ਼ਿਆਦਾ ਪਾਇਆ ਜਾਂਦਾ ਇਹਦੇ ਵਿੱਚ। ਅਲਸੀ ਤਾਂ ਤੁਹਾਨੂੰ ਪਤਾ ਹੀ ਹੈ, ਸਰਦੀਆਂ 'ਚ ਖਾਣੀ ਚਾਹੀਦੀ ਹੈ, ਕਿੰਨੀ ਫਾਇਦੇਮੰਦ ਹੈ। ਵਜ਼ਨ ਨੂੰ ਘਟਾਉਂਦੀ ਹੈ, ਸ਼ੂਗਰ ਵਾਸਤੇ ਅੱਛੀ ਹੈ, ਕੋਲੇਸਟ੍ਰੋਲ ਠੀਕ ਕਰਦੀ ਹੈ, BP ਕੰਟਰੋਲ ਰੱਖਦੀ ਹੈ ਅਤੇ ਫਾਈਬਰ ਬਹੁਤ ਜ਼ਿਆਦਾ ਪਾਉਂਦੇ ਇਹਦੇ 'ਚ। 2 ਕੱਪ ਅਲਸੀ ਲਿੱਤੀ ਹੈ, 2 ਕੱਪ ਛੋਲੇ ਅਤੇ 2 ਕੱਪ ਹੀ ਅਲਸੀ, ਅਤੇ 2 ਕੱਪ ਹੀ ਗੁੜ ਲਿੱਤਾ ਮੈਂ। ਇਹ ਔਰਗੈਨਿਕ ਗੁੜ ਹੈ, ਇਸ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਬਰਾਊਨ ਜਿਹਾ ਕਲਰ ਲੱਗ ਰਿਹਾ। ਅਤੇ ਇਹਨੂੰ ਮੈਂ ਚਾਕੂ ਨਾਲ ਕੱਟ ਕੇ ਬਰੀਕ ਬਰੀਕ ਕੱਟ ਕੇ ਰੱਖ ਲਿੱਤਾ। ਹੁਣ ਇਹਦੇ 'ਚ ਪਾਉਣ ਵਾਸਤੇ ਮੈਂ ਇਹ 1 ਕੱਪ ਨਾਰੀਅਲ ਲਿੱਤਾ ਸੀ, ਸੁੱਕਾ ਜਿਹੜਾ ਨਾਰੀਅਲ ਹੁੰਦਾ, ਇਹਨੂੰ ਮੈਂ ਗਰੇਟ ਕਰ ਲਿੱਤਾ ਔਰ ਮਿਕਸੀ 'ਚ ਪਾ ਕੇ ਇਹਦਾ ਅਸੀਂ ਥੋੜ੍ਹਾ ਜਿਹਾ ਦਰਦਰਾ ਜਿਹਾ ਪਾਊਡਰ ਬਣਾ ਲਿੱਤਾ। ਇਹ 2 ਕੱਪ ਮੈਂ ਮਖਾਣੇ ਲਿੱਤੇ ਨੇ। ਮਖਾਣੇ ਵੀ ਤੁਹਾਨੂੰ ਪਤਾ ਸ਼ੂਗਰ ਵਾਸਤੇ ਵੀ ਬਹੁਤ ਅੱਛੇ ਨੇ ਅਤੇ ਇਹਦੇ 'ਚ ਵੀ ਕੈਲਸ਼ੀਅਮ ਬਹੁਤ ਜ਼ਿਆਦਾ ਪਾਇਆ ਜਾਂਦਾ ਹੈਗਾ। ਅਤੇ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਪਾਈਆਂ ਨੇ ਕਿ ਜਿਹੜੇ ਕੋਈ ਵੀ ਬੰਦਾ ਇਹਨੂੰ ਖਾਵੇ ਉਹਦੇ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਹੋਣਗੀਆਂ। ਕੋਈ ਐਕਸਟਰਾ ਡਰਾਈ ਫਰੂਟ ਨਹੀਂ ਪਾਇਆ, ਮਰਜ਼ੀ ਹੈ ਤੁਹਾਡੀ, ਉਹ ਪਾ ਸਕਦੇ ਹੋ, ਪਰ ਇੰਨੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਸਫੀਸ਼ੀਐਂਟ ਨੇ। ਹੁਣ ਮੈਂ ਕੜਾਹੀ ਲਾਂਗੀ, ਲੋਹੇ ਦੀ ਕੜਾਹੀ ਮੈਂ ਲਿੱਤੀ ਹੈ, ਤੁਸੀਂ ਕੋਈ ਵੀ ਭਾਰੀ ਤਲੇ ਦੀ ਕੜਾਹੀ ਲੈ ਸਕਦੇ ਹੋ। ਉਹਦੇ 'ਚ ਪਾ ਕੇ ਅਸੀਂ ਅਲਸੀ ਨੂੰ ਡਰਾਈ ਰੋਸਟ ਕਰਾਂਗੇ। ਲੋ ਟੂ ਮੀਡੀਅਮ ਫਲੇਮ 'ਤੇ ਅਸੀਂ ਇਹਨੂੰ ਡਰਾਈ ਰੋਸਟ ਕਰਨਾ। ਅਤੇ ਜਿਸ ਤਰ੍ਹਾਂ ਅਸੀਂ ਭੁੰਨਾਂਗੇ, ਇੱਕ ਤਾਂ ਇਹਦਾ ਰੰਗ ਥੋੜ੍ਹਾ ਚੇਂਜ ਹੁੰਦਾ ਜਾਏਗਾ ਅਤੇ ਇੱਕ ਇਹਦੇ ਵਿੱਚ ਤੜ ਤੜ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏਗੀ, ਧੜਕਣ ਦੀ, ਜਿਵੇਂ ਛੋਲੇ ਭੁੰਨੇ ਜਾਂਦੇ ਜਾਂ ਮੱਕੀ ਭੁੰਨਦੇ ਆ ਨਾ, ਉਂਝ ਵਿੱਚੋਂ। ਦੇਖੋ ਹੌਲੀ ਹੌਲੀ ਇਹਦਾ ਕਲਰ ਚੇਂਜ ਹੋ ਗਿਆ, 5-7 ਮਿੰਟ ਦੇ ਵਿੱਚ ਹੀ ਅਲਸੀ ਜਿਹੜੀ ਹੈ ਭੁੰਨ ਜਾਂਦੀ ਹੈ। ਬਸ ਅਲਸੀ ਭੁੱਜ ਗਈ ਹੈ, ਇਹਨੂੰ ਅਸੀਂ ਇੱਕ ਪਲੇਟ ਹੀ ਠੰਡਾਉਣ ਵਾਸਤੇ ਕੱਢ ਲਾਂਗੇ। ਉਸੀ ਕੜਾਹੀ ਵਿੱਚ ਮੈਂ ਮਖਾਣੇ ਵੀ ਡਰਾਈ ਰੋਸਟ ਕਰ ਲਾਂਗੀ, ਥੋੜ੍ਹੇ ਜਿਹੇ ਇਹਨਾਂ ਨੂੰ ਵੀ ਭੁੰਨ ਲੈਂਦੇ ਹਾਂ ਤਾਂ ਕਿ ਇਹ ਕਰਾਰੇ ਜਿਹੇ ਥੋੜ੍ਹੇ ਜਿਹੇ ਹੋ ਜਾਂਦੇ ਨੇ, ਫਿਰ ਇੰਨਾ ਕੋਈ ਭੁੰਨਾਂਗੇ। ਬਸ 2-3 ਮਿੰਟ ਹੀ ਲੱਗਦੇ ਨੇ, ਭੁੱਜ ਜਾਣਗੇ ਫਟਾਫਟ। ਬਹੁਤ ਘੱਟ ਘਿਓ 'ਚ ਅੱਜ ਮੈਂ ਬਣਾ ਰਹੀ ਹਾਂ ਪਿੰਨੀਆਂ। ਇਹ ਮੈਂ ਹੁਣ ਤਿਲ ਪਾ ਕੇ ਇਹਨਾਂ ਨੂੰ ਵੀ ਥੋੜ੍ਹਾ ਡਰਾਈ ਰੋਸਟ ਕਰ ਲਾਂਗੇ। ਤਿਲ ਬਹੁਤ ਜਲਦੀ ਭੁੱਜ ਜਾਂਦੇ ਨੇ, ਜ਼ਿਆਦਾ ਟਾਈਮ ਨਹੀਂ ਲੱਗਦਾ, 1-2 ਮਿੰਟ ਹੀ ਲੱਗਣਗੇ। ਕਲਰ ਥੋੜ੍ਹਾ ਜਿਹਾ ਤੁਹਾਨੂੰ ਲੱਗੇਗਾ, ਇਹਦਾ ਵਾਈਟਿਸ਼ ਹੋ ਗਿਆ ਹੈ, ਇਹਦੀ ਨਿਸ਼ਾਨੀ ਭੁੰਨਣ ਦੀ। ਬਸ ਇਹਨਾਂ ਨੂੰ ਵੀ ਅਸੀਂ ਇੱਕ ਪਲੇਟ 'ਚ ਕੱਢ ਲਾਂਗੇ। ਅਤੇ ਨਾਰੀਅਲ ਨੂੰ ਨਹੀਂ ਭੁੰਨਣਾ ਅਸੀਂ, ਨਾਰੀਅਲ ਵੈਸੇ ਹੀ ਠੀਕ ਹੈ, ਖਾ ਸਕਦੇ ਹਾਂ। ਹੁਣ ਮੈਂ ਸਭ ਤੋਂ ਪਹਿਲੇ ਇਹਦੇ 'ਚ ਅਲਸੀ ਪਾ ਕੇ ਇਹਨੂੰ ਗ੍ਰਾਇੰਡ ਕਰਕੇ ਇਹਦਾ ਪਾਊਡਰ ਬਣਾ ਲਾਂਗੀ। ਅੱਧੀ ਅਲਸੀ ਮੈਂ ਪਾਈ, ਅੱਧੀ ਬਾਅਦ 'ਚ ਭੁੰਨ ਲਾਂਗੀ, ਪਾਊਡਰ ਬਣਾ ਲਾਂਗੀ। ਇਹਨੂੰ ਗ੍ਰਾਇੰਡ ਕਰ ਲਓ ਅਤੇ ਇਸ ਤਰ੍ਹਾਂ ਦਰਦਰਾ ਜਿਹਾ ਪਾਊਡਰ ਬਣ ਜਾਏਗਾ। ਇਹਨੂੰ ਅਸੀਂ ਇੱਕ ਥਾਲੀ 'ਚ ਕੱਢ ਲਾਂਗੇ। ਇਸੇ ਤਰ੍ਹਾਂ ਮੈਂ ਬਾਕੀ ਦੀ ਅਲਸੀ ਵੀ ਭੁੰਨ ਕੇ ਗ੍ਰਾਇੰਡ ਕਰਕੇ ਇਹਨੂੰ ਕੱਢ ਕੇ ਰੱਖ ਲਾਂਗੀ। ਹੁਣ ਉਸੀ ਜਾਰ 'ਚ ਮੈਂ ਮਖਾਣੇ ਪਾ ਦਾਂਗੀ ਔਰ ਮਖਾਣੇ ਪਾ ਕੇ ਵੀ ਉਹਨਾਂ ਨੂੰ ਗ੍ਰਾਇੰਡ ਕਰਕੇ ਉਹਦਾ ਵੀ ਦਰਦਰਾ ਪਾਊਡਰ ਬਣਾ ਲਾਂਗੀ।
ਮਖਾਣੇ ਵੀ ਹੋ ਗਏ ਨੇ, ਇਹਨੂੰ ਇੱਕ ਸਾਈਡ 'ਤੇ ਰੱਖ ਦਾਂਗੇ। ਜਿਹੜੇ ਤਿਲ ਡਰਾਈ ਰੋਸਟ ਕੀਤੇ ਉਹਨਾਂ ਨੂੰ ਵੀ ਅਸੀਂ ਮਿਕਸਰ ਜਾਰ ਵਿੱਚ ਪਾ ਕੇ ਇਹਨੂੰ ਦਰਦਰਾ ਗ੍ਰਾਇੰਡ ਕਰ ਲਾਂਗੇ। ਜ਼ਿਆਦਾ ਨਾ ਗ੍ਰਾਇੰਡ ਕਰਨਾ, ਨਹੀਂ ਤਾਂ ਇਹਨਾਂ 'ਚ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ, ਚਿਪਚਿਪੇ ਜਿਹੇ ਹੋ ਜਾਂਦੇ ਨੇ। ਇਹ ਵੀ ਦੇਖੋ ਤਿਲ ਸਾਡੇ ਗ੍ਰਾਇੰਡ ਹੋ ਗਏ ਨੇ, ਬਸ ਅਸੀਂ ਇੰਨੇ ਕੁ ਹੀ ਕਰਨੇ ਇਹਨਾਂ ਨੂੰ। ਇਹਨੂੰ ਵੀ ਅਸੀਂ ਉਸੀ ਪਲੇਟ 'ਚ ਰੱਖ ਲਾਂਗੇ ਜਿਹਦੇ 'ਚ ਅਸੀਂ ਮਖਾਣੇ ਪੀਸ ਕੇ ਰੱਖੇ ਸੀ, ਉਹਦੇ ਸਾਈਡ 'ਤੇ ਹੀ ਅਸੀਂ ਪਾ ਦਾਂਗੇ। ਮਿਕਸ ਹੀ ਕਰਨੇ ਨੇ, ਵੈਸੇ ਕੋਈ ਫਰਕ ਨਹੀਂ ਪੈਂਦਾ। ਹੁਣ ਛੋਲਿਆਂ ਨੂੰ ਵੀ ਅਸੀਂ ਗ੍ਰਾਇੰਡ ਕਰਕੇ ਉਹਦਾ ਵੀ ਇੱਕ ਸਮੂਥ ਜਿਹਾ ਪਾਊਡਰ ਬਣਾਉਣਾ। ਇਹਦਾ ਵੀ ਅੱਛੀ ਤਰ੍ਹਾਂ ਇਹਨੂੰ ਗ੍ਰਾਇੰਡ ਕਰ ਲਓ ਤਾਂ ਕਿ ਪਾਊਡਰ, ਅਗਰ ਤੁਹਾਨੂੰ ਲੱਗਦਾ ਕਿ ਨਹੀਂ ਪੀਸੇ ਚੰਗੀ ਤਰ੍ਹਾਂ, ਛਾਣ ਵੀ ਸਕਦੇ ਹੋ, ਪਰ ਮੇਰੇ ਇੰਜੀ ਕਾਫੀ ਵਧੀਆ ਬਣ ਗਏ। ਥੋੜ੍ਹਾ ਇੱਕ ਅੱਧੀ ਵਾਰੀ ਹੋਰ ਚਲਾ ਲਓਗੇ ਤਾਂ ਵਧੀਆ ਪਾਊਡਰ ਬਣ ਜਾਏਗਾ, ਜਿਸ ਤਰ੍ਹਾਂ ਵੇਸਣ ਹੁੰਦਾ ਨਾ, ਮੋਟਾ ਵੇਸਣ ਉਂਝ ਹੋ ਜਾਏਗਾ। ਇਹਨੂੰ ਵੀ ਅਸੀਂ ਥਾਲੀ 'ਚ ਕੱਢ ਦਿੰਦੇ ਹਾਂ। ਅਤੇ ਹੁਣ ਮੈਂ ਇੱਕ ਕੜਾਹੀ ਲਾਂਗੀ ਅਤੇ ਕੜਾਹੀ ਵਿੱਚ ਮੈਂ ਅੱਧਾ ਕੱਪ ਘਿਓ ਪਾ ਦਿੱਤਾ। ਘਿਓ ਪਾ ਕੇ ਮੈਂ ਛੋਲਿਆਂ ਨੂੰ ਭੁੰਨ ਲਾਂਗੀ। ਵੈਸੇ ਤਾਂ ਦੇਖੋ ਛੋਲਿਆਂ ਦਾ ਆਟਾ ਭੁੱਜੇ ਹੀ ਹੁੰਦੇ ਨੇ, ਪਰ ਫਿਰ ਵੀ ਅਸੀਂ ਇਹਦੇ ਲੱਡੂ ਬਣਾਉਣੇ ਅਤੇ ਇਹਨੂੰ ਥੋੜ੍ਹਾ ਜਿਹਾ ਅਸੀਂ ਭੁੰਨ ਲਾਂਗੇ ਘਿਓ ਵਿੱਚ, ਥੋੜ੍ਹਾ ਜਿਹਾ ਸਵਾਦ ਆ ਜਾਏਗਾ। ਛੋਲੇ ਵੈਸੇ ਹੀ ਇਹ ਬੜੀ ਜਲਦੀ ਘਿਓ ਪੀ ਜਾਂਦੇ ਨੇ। ਦੇਖ ਲਓ ਅੱਧਾ ਕੱਪ ਘਿਓ ਪਾਇਆ ਸੀ, ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ। ਅਤੇ ਇਹਨੂੰ ਹੁਣ ਅਸੀਂ ਥੋੜ੍ਹਾ ਜਿਹਾ ਭੁੰਨ ਲੈਂਦੇ ਹਾਂ, ਬਸ ਇੱਕ ਅੱਧਾ ਮਿੰਟ ਹੀ। ਹੁਣ ਅਸੀਂ ਇਹਦੇ ਵਿੱਚ ਜਿਹੜੇ ਮਖਾਣੇ ਅਤੇ ਤਿਲ ਉਹ ਸਾਰੇ ਪਾ ਕੇ ਇਹਨੂੰ ਮਿਕਸ ਕਰ ਦਾਂਗੇ। ਸੇਕ ਹਲਕਾ ਹੀ ਰੱਖਾਂਗੇ ਕਿਉਂਕਿ ਨਹੀਂ ਤਾਂ ਜਲ ਜਾਏਗਾ, ਭੁੰਨਿਆ ਹੋਇਆ ਪਹਿਲਾਂ ਹੀ ਸਮਾਨ ਸਾਰਾ। ਸੇਕ ਬਿਲਕੁਲ ਲੋਅ ਕਰਕੇ ਰੱਖਣਾ। ਹੁਣ ਮੈਂ ਇਹਦੇ ਵਿੱਚ ਜਿਹੜਾ ਨਾਰੀਅਲ ਨੂੰ ਮੈਂ ਗ੍ਰਾਇੰਡ ਕਰਕੇ ਰੱਖਿਆ ਹੋਇਆ ਸੀ ਉਹ ਵੀ ਪਾ ਦਾਂਗੀ ਵਿੱਚ, ਅਤੇ ਇਹਨੂੰ ਮਿਕਸ ਕਰ ਦਾਂਗੇ। ਮੇਰੇ ਹਿਸਾਬ ਨਾਲ ਕੋਈ ਡਰਾਈ ਫਰੂਟ ਦੀ ਖਾਸ ਇੰਨੀ ਲੋੜ ਨਹੀਂ, ਜਿੰਨਾ ਅਸੀਂ ਪਾਇਆ ਇਹਦੇ ਵਿੱਚ ਹੀ ਸਫੀਸ਼ੈਂਟ ਹੈ, ਕਿਉਂਕਿ ਇਹਨਾਂ 'ਚ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ। ਹੁਣ ਮੈਂ ਸੌਂਫ ਪਾ ਦਾਂਗੀ 1 ਟੇਬਲ ਸਪੂਨ ਦੇ ਕਰੀਬ, ਇਹਦੇ 'ਚ ਉਹ ਵੀ ਕੁੱਟੀ ਹੋਈ ਸੌਂਫ ਹੈ ਮੇਰੀ, ਦਰਦਰੀ ਕੁੱਟੀ ਹੋਈ ਸੌਂਫ ਹੈ। 1 ਟੇਬਲ ਸਪੂਨ ਸੌਂਫ ਪਾ ਕੇ ਇਹਨੂੰ ਵੀ ਮਿਕਸ ਕਰ ਦਾਂਗੇ। ਸੌਂਫ ਪਾਉਣ ਨਾਲ ਸਾਰਾ ਪੇਟ ਦਾ ਹਾਜ਼ਮਾ ਸਾਡਾ ਦਰੁਸਤ ਰਹਿੰਦਾ। ਹੁਣ ਅਸੀਂ ਇਹਦੇ 'ਚ ਜਿਹੜੀ ਅਲਸੀ ਅਸੀਂ ਪਾਊਡਰ ਬਣਾ ਕੇ ਰੱਖਿਆ ਸੀ ਉਹ ਵੀ ਵਿੱਚੇ ਪਾ ਕੇ ਇਹਨੂੰ ਮਿਕਸ ਕਰ ਲਾਂਗੇ। ਇਹ ਬਹੁਤ ਘੱਟ ਕੇ ਉਹਦੇ ਵਿੱਚ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਨੇ, ਅਤੇ ਫਿਰ ਇਹਨਾਂ ਦਾ ਫਾਇਦਾ ਵੀ ਦੇਖੋ, ਛੋਲੇ ਵੀ ਪਾਏ, ਅਲਸੀ ਪਾਈ, ਮਖਾਣੇ ਪਾਏ, ਅਤੇ ਸਾਰੇ ਜਿਹੜੇ ਨੇ ਸਾਡੇ ਸ਼ੂਗਰ BP ਨੂੰ ਕੰਟਰੋਲ ਕਰਦੇ ਨੇ ਸਭ ਚੀਜ਼ਾਂ। ਮਿਕਸ ਹੋ ਗਿਆ ਸਾਰਾ, ਹੁਣ ਮੈਂ ਇੱਕ ਥਾਲੀ ਵੀ ਆ ਪਰਾਤ ਵਿੱਚ ਕੱਢ ਲਾਂਗੀ ਇਹਨਾਂ ਨੂੰ, ਕੋਈ ਵੱਡੀ ਭਾਂਡਾ ਹੋਈ ਹੋਵੇ। ਮੈਂ ਪਰਾਤ ਵਿੱਚ ਇਹਨੂੰ ਸਾਰਾ ਕੱਢ ਲਿੱਤਾ ਹੈ ਮਿਕਸਚਰ, ਅਤੇ ਹੁਣ ਮੈਂ ਗੁੜ ਦੀ ਚਾਸ਼ਨੀ ਬਣਾਵਾਂਗੀ। ਚਾਸ਼ਨੀ ਬਸ ਅਸੀਂ ਇੰਨੀ ਕੁ ਬਣਾਉਣੀ ਜਿਹੜੀ ਚਿਪਚਿਪੀ ਹੋਏ, ਇੱਕ ਤਾਰ ਬਣਨ ਤੋਂ ਪਹਿਲੇ ਅਸੀਂ ਉਹਨੂੰ ਬੰਦ ਕਰ ਦੇਣਾ। ਅੱਧਾ ਕੱਪ ਮੈਂ ਉਹਦੇ ਵਾਸਤੇ ਪਾਣੀ ਲਿੱਤਾ ਹੈ, ਅਤੇ 2 ਕੱਪ ਗੁੜ ਸੀ ਉਹ ਪਾ ਕੇ ਅਸੀਂ ਇਹਨੂੰ ਮੈਲਟ ਹੋਣ ਤੱਕ, ਇਹਨੂੰ ਪਿਘਲਣ ਤੱਕ ਗਰਮ ਕਰਾਂਗੇ। ਉਸ ਤੋਂ ਬਾਅਦ 1 ਮਿੰਟ ਹੋਰ ਬਸ, ਕਿਉਂਕਿ ਅਗਰ ਤੁਸੀਂ ਜ਼ਿਆਦਾ ਚਾਸ਼ਨੀ 2 ਤਾਰ ਦੀ ਬਣਾ ਲਓਗੇ ਤਾਂ ਫਿਰ ਤੁਹਾਡੇ ਲੱਡੂ ਚੀੜੇ ਜਿਹੇ ਹੋ ਜਾਣਗੇ ਥੋੜ੍ਹੇ, ਕਿਉਂਕਿ ਗੁੜ ਜਿਹੜਾ ਬੜੀ ਜਲਦੀ ਜੰਮ ਜਾਂਦਾ। ਇਸ ਕਰਕੇ 1 ਤਾਰ ਦੀ ਚਾਸ਼ਨੀ ਬਸ ਇੰਨੀ ਕੋਈ ਬਣਾਉਣੀ ਹੈ ਅਸੀਂ, ਜਿਵੇਂ ਚਿਪਚਿਪੀ ਸ਼ਹਿਦ ਵਰਗੀ ਹੋ ਜਾਵੇ ਬਸ। ਗੁੜ ਕੁੱਟਣ ਨਾਲ ਹੈ ਕਿ ਜਲਦੀ ਘੁਲ ਜਾਂਦਾ, ਅਤੇ ਇਹ ਦੇਖੋ ਹੁਣ ਮੇਰੀ ਗੁੜ ਦੇ ਚਾਸ਼ਨੀ 'ਚ ਉਬਾਲਾ ਆਉਣਾ ਸ਼ੁਰੂ ਹੋ ਗਿਆ। ਇਹਨੂੰ ਅੱਛੀ ਤਰ੍ਹਾਂ ਉਬਾਲ ਲਾਂਗੇ ਤਾਂ ਕਿ ਗੁੜ ਵੀ ਅੱਛੀ ਤਰ੍ਹਾਂ ਮੈਲਟ ਹੋ ਜਾਵੇ, ਅਤੇ 1 ਤਾਰ ਦੀ ਚਾਸ਼ਨੀ ਵੀ ਬਣਨ ਵਾਲੀ ਹੋ ਜਾਵੇ। ਹੁਣ ਮੈਂ ਇਹਨੂੰ ਚੈੱਕ ਕਰ ਲੈਂਦੀ ਹਾਂ ਇੱਕ ਵਾਰੀ, ਚਾਸ਼ਨੀ ਬਣ ਗਈ ਹੈ, ਤਿਆਰ ਹੋ ਗਈ ਹੈ। ਥੋੜ੍ਹਾ ਗਰਮ ਹੁੰਦਾ, ਇੱਕ ਵਾਰੀ ਥੋੜ੍ਹਾ ਜਿਹਾ ਠੰਡਾ ਹੋ ਲੈ ਫਿਰ ਚੈੱਕ ਕਰਦੇ ਹਾਂ। ਇਹ ਦੇਖੋ ਇਹ ਬਸ ਹਲਕੀ ਜਿਹੀ ਬਣਨੀ ਸ਼ੁਰੂ ਹੋਈ ਹੈ, ਬਸ ਇੰਨੀ ਕੁ ਹੀ ਅਸੀਂ ਬਣਾਉਣੀ ਹੈ, ਬਸ ਥੋੜ੍ਹੀ ਚਿਪਚਿਪੀ ਜੀ ਹੋ ਗਈ ਜਿਸ ਤਰ੍ਹਾਂ ਸ਼ਹਿਦ ਹੁੰਦਾ, ਉਨੀ ਦੇਰ 'ਚ ਬਣ ਜਾਣੀ ਹੈ। ਹੁਣ ਚਾਸ਼ਨੀ ਨੂੰ ਅਸੀਂ ਛਾਣ ਲਾਂਗੇ। ਕਈ ਵਾਰੀ ਕੋਈ ਇੰਪਿਓਰਿਟੀ ਹੁੰਦੀ, ਵੈਸੇ ਤਾਂ ਔਰਗੈਨਿਕ ਗੁੜ ਹੈਗਾ, ਇਹਦੇ 'ਚ ਕੁਛ ਨਹੀਂ ਹੋਏਗਾ, ਬਿਲਕੁਲ ਸਾਫ਼ ਗੁੜ ਹੁੰਦਾ। ਬਸ ਚਾਸ਼ਨੀ ਨੂੰ ਛਾਣ ਲਓ ਅਤੇ ਇਹਨੂੰ ਅਸੀਂ ਮਿਕਸ ਕਰ ਲਾਂਗੇ ਕਿਸੇ ਕੜਛੀ ਦੇ ਨਾਲ। ਗਰਮ ਹੈ ਬੜਾ, ਤੁਹਾਨੂੰ ਪਤਾ ਗੁੜ ਬਹੁਤ ਗਰਮ ਹੁੰਦਾ। ਮਿਕਸ ਕਰ ਲਓ ਅੱਛੀ ਤਰ੍ਹਾਂ, ਚਾਹੇ ਪੌਣੀ ਲੈ ਲਓ, ਪੌਣੀ ਨਾਲ ਕਰ ਲਓ, ਧੂੰਆਂ ਨਿਕਲ ਰਿਹਾ ਵੇਖ ਲਓ।
ਮਿਕਸ ਹੈ। ਅਗਰ ਤੁਹਾਨੂੰ ਲੱਗੇ ਕਿ ਘਿਓ ਘੱਟ ਹੈ ਤਾਂ ਬੇਸ਼ੱਕ ਇੱਕ ਚਮਚ ਔਰ ਘਿਓ ਪਾ ਸਕਦੇ ਹੋ ਟੇਬਲ ਸਪੂਨ। ਅਗਰ ਤੁਸੀਂ ਘਿਓ ਜ਼ਿਆਦਾ ਪਾਉਣਾ ਚਾਹੁੰਦੇ ਹੋ ਤਾਂ ਇਸ ਸਟੇਜ 'ਤੇ ਤੁਸੀਂ ਇੱਕ ਦੋ ਚਮਚ ਘਿਓ ਪਾ ਸਕਦੇ ਹੋ, ਪਰ ਮੈਂ ਨਹੀਂ ਪਾ ਰਹੀ, ਮੈਂ ਇੰਨੇ 'ਤੇ ਬਣਾਵਾਂਗੀ। ਬਸ ਇਹਨੂੰ ਪਾਣੀ ਨਾਲ ਇਸ ਤਰ੍ਹਾਂ ਮਿਕਸ ਕਰ ਲਓ, ਥੋੜ੍ਹਾ ਜਿਹਾ ਬਸ ਗਰਮ ਹੋਏ ਗੁਨਗੁਨਾ ਜਿਹਾ, ਅਤੇ ਅਸੀਂ ਇਹਦੇ ਲੱਡੂ ਵੱਟ ਲਵਾਂਗੇ। ਬੜੇ ਆਰਾਮ ਨਾਲ ਇਹਦੇ ਲੱਡੂ ਬਣ ਜਾਣੇ ਨੇ। ਬਸ ਸਾਰਾ ਮਿਕਸ ਹੋ ਗਿਆ, ਹੁਣ ਭਾਵੇਂ ਹੱਥ ਨਾਲ ਵੀ ਕਰ ਸਕਦੇ ਹੋ, ਠੰਡਾ ਵੀ ਹੋ ਗਿਆ ਹੋਣਾ ਥੋੜ੍ਹਾ। ਵੈਸੇ ਇਹਦੇ 'ਚ ਇੰਨਾ ਘਿਓ ਪਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਤਿੱਲੀ 'ਚ ਵੀ ਘਿਓ ਹੁੰਦਾ, ਅਲਸੀ 'ਚ ਵੀ ਹੁੰਦਾ, ਨਾਰੀਅਲ 'ਚ ਵੀ ਹੁੰਦਾ ਘਿਓ। ਬਸ ਅੱਧਾ ਕੱਪ ਮੇਰੇ ਹਿਸਾਬ ਨਾਲ ਬਹੁਤ ਹੈ, ਪਰ ਅਗਰ ਤੁਸੀਂ ਚਾਹੁੰਦੇ ਹੋ ਤਾਂ ਹੋਰ ਪਾ ਸਕਦੇ ਹੋ। ਮੈਂ ਹੁਣ ਅਸੀਂ ਜਿਸ ਸਾਈਜ਼ ਦੇ ਲੱਡੂ ਬਣਾਉਣੇ ਉਨੇ ਲੱਡੂ ਅਸੀਂ ਉਨਾ ਮਟੀਰੀਅਲ ਹੱਥ 'ਚ ਲੈ ਲਾਂਗੇ। ਦੇਖੋ ਇਸ ਤਰ੍ਹਾਂ, ਚਾਹੇ ਇਹਨੂੰ ਤੁਸੀਂ ਅਲਸੀ ਦੀ ਪਿੰਨੀ ਕਹੋ ਅਤੇ ਚਾਹੇ ਇਹਨੂੰ ਅਲਸੀ ਦੇ ਲੱਡੂ ਕਹੋ, ਗੱਲ ਤਾਂ ਇੱਕੋ ਹੀ ਹੈ। ਬਸ ਇਸ ਤਰ੍ਹਾਂ ਇਹਨੂੰ ਦੋਨੋਂ ਹੱਥਾਂ ਨਾਲ ਦਬਾ ਕੇ, ਆ ਦੇਖੋ ਇੰਨਾ ਕੁ ਮਟੀਰੀਅਲ ਲੈ ਲਓ, ਇਹਨੂੰ ਥੋੜ੍ਹਾ ਹੱਥਾਂ ਨਾਲ ਇਸ ਤਰ੍ਹਾਂ ਦਬਾ ਦਿਉ, ਥੋੜ੍ਹੀ ਜਿਹੀ ਗੋਲ ਸ਼ੇਪ ਆ ਜਾਏਗੀ ਇਸਦੀ, ਜਿੰਨੇ ਸਾਈਜ਼ ਦੇ ਤੁਸੀਂ ਬਣਾਉਣਾ ਚਾਹੁੰਦੇ ਹੋ। ਅਤੇ ਫਿਰ ਇੱਕ ਹੱਥ ਨਾਲ ਉਹਨੂੰ ਗੋਲ ਗੋਲ ਇੰਜਣ ਘੁਮਾਈ ਜਾਓ, ਅਤੇ ਬਸ ਇਸ ਤਰ੍ਹਾਂ ਉਂਗਲੀਆਂ ਨਾਲ ਨਾਲ ਦਬਾਈ ਜਾਓ ਅਤੇ ਥੋੜ੍ਹਾ ਵੱਟੀ ਜਾਓ ਇਹਨੂੰ, ਅਤੇ ਇਹ ਦੇਖੋ ਬਿਲਕੁਲ ਗੋਲ ਲੱਡੂ ਬਣ ਕੇ ਤਿਆਰ ਹੋ ਗਏ ਨੇ। ਔਰ ਇਸ ਤਰ੍ਹਾਂ ਹੱਥਾਂ ਨਾਲ ਵੀ ਗੋਲ ਕਰ ਸਕਦੇ ਹੋ। ਬਸ ਇਸੇ ਤਰ੍ਹਾਂ ਮੈਂ ਸਾਰੀਆਂ ਪਿੰਨੀਆਂ ਬਣਾ ਕੇ ਰੱਖ ਲਾਂਗੀ। ਇਹ ਤੁਹਾਨੂੰ ਇੱਕ ਹੋਰ ਦਿਖਾ ਰਹੀ ਹਾਂ, ਇਹਨੂੰ ਵੀ ਦੇਖੋ ਇੰਝ ਪਹਿਲੇ ਉਂਗਲਾਂ ਦੇ ਨਾਲ ਦਬਾ ਲਓ ਚੰਗੀ ਤਰ੍ਹਾਂ ਦੋਨੋਂ ਹੱਥਾਂ ਦੇ ਨਾਲ, ਫਿਰ ਬਸ ਇੱਕ ਹੱਥ ਨਾਲ ਇਸ ਤਰ੍ਹਾਂ ਗੋਲ ਗੋਲ ਕਰ ਲਓ ਇਹਨੂੰ, ਅਤੇ ਬਿਲਕੁਲ ਗੋਲ ਪਿੰਨੀ ਬਣ ਕੇ ਤਿਆਰ ਹੋ ਜਾਏਗੀ। ਭਾਵੇਂ ਹੱਥਾਂ ਨਾਲ ਗੋਲ ਕਰ ਲਓ ਚਾਹੇ ਇੱਕ ਹੱਥ ਨਾਲ ਕਰ ਲਓ, ਬਸ ਇੰਝ ਕਰ ਲਓ ਚਾਹੇ। ਬਸ ਇਹ ਮੇਰੀ ਸਾਰੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ। ਦੇਖਿਆ ਕਿੰਨੀਆਂ ਆਸਾਨ ਅਲਸੀ ਅਤੇ ਛੋਲਿਆਂ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ। ਅਗਰ ਤੁਹਾਨੂੰ ਮੇਰੀ ਇਹ ਰੈਸਪੀ ਅੱਛੀ ਲੱਗਦੀ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ, ਤਾਂ ਕਿ ਸਭ ਤੋਂ ਪਹਿਲੇ ਵੀਡੀਓ ਤੁਹਾਡੇ ਕੋਲ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਰੱਬ ਰਾਖਾ। ਅਗਲੀ ਰੈਸਪੀ 'ਚ ਫਿਰ ਮਿਲਾਂਗੇ।